ਜੀ ਬਿਲਕੁਲ। ਸੋ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਆਪਾਂ BBC ਦੀ ਡਾਕੂਮੈਂਟਰੀ ਦੀ, ਜਾਮੀਆਂ ਦੇ ਵਿੱਚ ਇਸ ਵਿਵਾਦਿਤ ਡਾਕੂਮੈਂਟਰੀ ਨੂੰ ਲੈ ਕੇ ਪੁਲਿਸ ਐਕਸ਼ਨ ਦੇ ਵਿੱਚ ਹੈ ਜੀ। ਹਾਂਜੀ, ਦੇਖੋ ਇਹ ਸ਼ਾਮੀ 6 ਵਜੇ ਦਿਖਾਉਣੀ ਸੀਗੀ ਡਾਕੂਮੈਂਟਰੀ ਦੀ ਸਕਰੀਨਿੰਗ ਰੱਖੀ ਗਈ ਸੀ, ਪਰ ਉਸ ਤੋਂ ਪਹਿਲਾਂ ਹੀ ਪੁਲਿਸ ਜਿਹੜੀ ਹੈ ਉਹ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਜਿਹੜਾ ਹੈ ਉੱਥੇ ਪਹੁੰਚਦੀ ਹੈ ਤੇ 4 ਸਟੂਡੈਂਟਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ, ਹੁਣ ਜ਼ਿਆਦਾ ਵੀ ਗਿਣਤੀ ਹੋ ਸਕਦੀ ਹੈ। ਤੇ ਤੁਹਾਨੂੰ ਦੱਸੀਏ ਕਿ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ SFI ਜਿਹਨੂੰ ਆਪਾਂ ਆਉਂਦੇ ਹਾਂ ਕਿ ਉਹਨਾਂ ਨੇ ਸ਼ਾਮੀ 6 ਵਜੇ ਇਹਦੀ ਸਕਰੀਨਿੰਗ ਰੱਖੀ ਸੀਗੀ ਤੇ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਕਹਿ ਰਿਹਾ ਕਿ ਡਾਕੂਮੈਂਟਰੀ ਦੀ ਸਕਰੀਨਿੰਗ ਲਈ ਕੋਈ ਇਜਾਜ਼ਤ ਨਹੀਂ ਮੰਗੀ ਗਈ ਤੇ ਨਾ ਹੀ ਅਸਾਂ ਨੇ ਇਜਾਜ਼ਤ ਦਿੱਤੀ ਆ। ਤਾਂ ਖੈਰ ਇਹ JNU ਦੇ ਵਿੱਚ ਵੀ ਕੱਲ ਵਿਵਾਦ ਉਪਜਿਆ ਸੀਗਾ, ਇਹ ਸਿਆਸਤ ਦੇ ਵਿੱਚ ਵੀ ਹੈ, ਇਹ ਕਹਿ ਲਓ ਕਿ ਹੁਣ ਸਟੂਡੈਂਟ ਰਾਜਨੀਤੀ ਦੇ ਵਿੱਚ ਵੀ ਚਲੇ ਗਿਆ। ਦੇਖੋ ਇਸ ਵੇਲੇ ਜੇ ਆਪਾਂ ਇਸ ਚੀਜ਼ ਨੂੰ ਦੇਖੀਏ ਤਾਂ ਤੁਸੀਂ ਤੇ ਇੱਥੇ ਸ਼ਾਇਦ ਦੇਖ ਲਈ ਹੋਣੀ ਆ ਜੀ, ਪਰ BBC ਦੀ ਜਿਹੜੀ ਉਹ ਡਾਕੂਮੈਂਟਰੀ ਹੈ ਜੇ ਤੁਸੀਂ ਦੇਖੋਗੇ, ਜੇ ਨਹੀਂ ਦੇਖੀ ਤਾਂ ਜਦੋਂ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਉਹਦੇ ਚ ਕੁਛ ਮਤਲਬ ਕਿ ਤੁਹਾਨੂੰ ਵੱਖਰਾ ਨਹੀਂ ਮਿਲੇਗਾ ਜਿਹੜਾ ਤੁਸੀਂ ਇੱਥੇ ਨਹੀਂ ਸੁਣਿਆ ਇੰਡੀਆ ਚ। ਠੀਕ ਹੈ, ਕੁਛ ਨਹੀਂ ਹੈਗਾ ਜੀ। ਠੀਕ ਹੈ ਜੀ, ਦੂਜੀ ਚੀਜ਼ ਆ, ਇੱਕੋ ਇੱਕ ਅਲੱਗ ਤੋਂ ਚੀਜ਼ ਆ ਕਿ ਉਹ ਜਿਹੜੀ UK ਵਾਲੀ ਰਿਪੋਰਟ ਆ ਗਵਰਨਮੈਂਟ ਦੀ ਕਿ ਮੋਦੀ ਸਰਕਾਰ ਉਹਦੇ ਵਿੱਚ ਮਤਲਬ ਕਿ ਰਲੀ ਹੋਈ ਸੀਗੀ, ਇਸ ਤੋਂ ਇਲਾਵਾ ਤਾਂ ਕੁਛ ਵੀ ਨਹੀਂ ਹੈਗਾ ਉਹਦੇ ਚ ਜੀ। ਜੀ, ਦੂਜੀ ਚੀਜ਼ ਕਿ ਉਹਦਾ ਦੂਸਰਾ ਪਾਰਟ ਆਉਣਾ ਸੀ ਉਹਦੇ ਬਾਰੇ ਮੈਨੂੰ ਨਹੀਂ ਪਤਾ ਕਿ ਉਹਦੇ ਚ ਕੀ ਹੈ, ਪਰ ਜਿੰਨਾ ਕੁ ਮੈਂ ਮਤਲਬ ਕਿ ਸਮਝ ਸਕਿਆ ਅਸਲ ਦੇ ਵਿੱਚ ਇਹ ਜਰਨਲਿਸਟਾਂ ਦੀ ਨਵੀਂ ਪੀੜ੍ਹੀ ਦੀ ਇੱਕ ਰਿਸਰਚ ਬੇਸਡ ਡਾਕੂਮੈਂਟਰੀ ਆ, ਹੋਰ ਕੁਛ ਨਹੀਂ ਹੈ, ਕਿ ਉਸ ਵੇਲੇ ਕੀ ਕੁਛ ਹੋਇਆ, ਉਸ ਵੇਲੇ ਦੇ ਜਿੰਨਾ ਤੇ ਦੋਸ਼ ਲੱਗੇ ਨਰਿੰਦਰ ਮੋਦੀ ਹੋਰਾਂ ਤੇ, ਤਾਂ ਉਹ ਅੱਜ ਐ ਮਤਲਬ ਕਿ ਇੱਕ ਤਬਕੇ ਦੇ ਜਿੱਦਾਂ ਕਹਿ ਲਓ ਕਿ ਪ੍ਰਵਾਨਿਤ ਆਗੂ ਕਿੱਦਾਂ ਬਣ ਗਏ, ਮੈਨੂੰ ਤੇ ਉਹ ਲੱਗਿਆ। ਹੁਣ ਟਾਈਮਿੰਗ ਨੂੰ ਲੈ ਕੇ ਜਾਂ ਦੇਖ ਲਓ ਕਿ ਜੀਓ ਪੋਲਿਟਿਕਸ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਤੁਸੀਂ ਅਲੱਗ ਤੋਂ ਰੱਖ ਲਓ, ਉਹਦੀਆਂ ਸੰਭਾਵਨਾਵਾਂ ਤੇ ਰਹਿੰਦੀਆਂ ਨੇ ਹਮੇਸ਼ਾ। BBC ਦਾ ਆਪਦਾ ਵੀ ਆਰਥਿਕ ਤੌਰ ਤੇ ਜਲੂਸ ਨਿਕਲਿਆ ਪਿਆ, ਇਹਨਾਂ ਨੇ ਸ਼ਾਂਤੀ ਕੀਤੀ ਸੀ, ਜਾਂ ਸਿੰਡਾ ਦੇ ਮਾਮਲੇ ਚ ਇਹਨਾਂ ਨੇ ਮਾਫ਼ੀ ਮੰਗੀ ਹਾਲ ਦੇ ਦਿਨਾਂ ਦੇ ਵਿੱਚ, ਤੁਹਾਨੂੰ ਯਾਦ ਹੋਏਗਾ ਸ਼ਾਇਦ, ਜਿਹੜੀ ਹੁਣ ਸਾਬਕਾ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਹੋ ਗਈ ਆ। ਤਾਂ ਕਹਿਣ ਦਾ ਭਾਵ ਇਹ ਵਾ ਕਿ ਇਹ ਸਾਰੀਆਂ ਚੀਜ਼ਾਂ ਆਪਣੀ ਥਾਂ ਤੇ, ਪਰ ਮੈਂ ਜਿਹੜੀ ਗੱਲ ਕਰਦਾ ਮੈਨੂੰ ਇਉਂ ਲੱਗਦਾ ਕਿ ਸਰਕਾਰ ਨੇ ਇੱਦਾਂ ਕਰਕੇ ਇਸ ਡਾਕੂਮੈਂਟਰੀ ਨੂੰ ਜ਼ਿਆਦਾ ਤਵੱਜੋ ਦੇ ਦਿੱਤੀ ਆ ਜਾਣ ਕੇ, ਮਤਲਬ ਕਿ ਜਾਣ ਕੇ ਨਹੀਂ ਕਹਿ ਸਕਦੇ ਨਾ, ਤੇ ਫੈਸਲੇ ਦੇ ਨਾਲ ਉਹ ਹੋ ਗਿਆ ਹੀ ਆ, ਜਿਵੇਂ ਜਗਿਆਸਾ ਵੱਧ ਜਾਂਦੀ ਆ, ਜਿਵੇਂ ਅੱਜ ਪਠਾਨ ਫਿਲਮ ਹੈ, ਪਠਾਨ ਨੇ ਮੈਨੂੰ ਲੱਗਦਾ ਕਿ ਅੱਜ ਪਹਿਲੇ ਦਿਨ ਹੀ ਕਲੈਕਸ਼ਨ ਜਿਹੜੀ 50 ਤੋਂ ਉੱਤੇ ਮਾਰੀ ਹੋਣੀ ਆ, ਤਾਂ ਉਹਦਾ ਇੱਕ ਵੱਡਾ ਕਾਰਨ ਸੀ, ਹੋ ਸਕਦਾ ਸੀਗਾ ਉਸ ਫਿਲਮ ਨੂੰ ਵੀ ਸੰਘਰਸ਼ ਕਰਨਾ ਪੈਂਦਾ ਸਕਰੀਨ ਤੇ ਜੇ ਉਹਦਾ ਵਿਰੋਧ ਨਾ ਆਉਂਦਾ। ਤਾਂ ਗੱਲ ਇਹ ਆ ਕਿ ਦੇਖੋ ਇਹਨਾਂ ਨੇ ਬਹੁਤ ਹੀ ਮੈਂ ਕਹੂੰਗਾ ਕਿ ਸਖ਼ਤ ਸ਼ਬਦਾਂ ਦੇ ਵਿੱਚ ਇਸ ਚੀਜ਼ ਨੂੰ ਦੱਸਿਆ ਕਿ ਪ੍ਰੋਪੇਗੰਡਾ ਹੈ, ਪੀਸ ਹੈ, ਇਹ ਜਿੱਦਾਂ ਕਹਿ ਲਓ ਬਸਤੀਵਾਦੀ ਸੋਚ ਦਾ ਮੁਜ਼ਾਹਰਾ ਹੈ ਵਗੈਰਾ ਵਗੈਰਾ, ਇਹ ਬੜੇ ਤਿੱਖੇ ਪ੍ਰਤੀਕਰਮ ਸੀ ਭਾਰਤ ਸਰਕਾਰ ਦੇ। ਰਿਸ਼ੀ ਸੁਨਾਕ ਨੇ ਵੀ ਪੈਰ ਨਹੀਂ ਲਾਇਆ, ਸਾਰੀਆਂ ਚੀਜ਼ਾਂ ਚਲੋ ਸਾਈਡ ਤੇ ਆ, ਪਰ ਉਹਦਾ ਸਿੱਟਾ ਕੀ ਹੋਇਆ ਕਿ ਜਿਹੜੀ ਡਾਕੂਮੈਂਟਰੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੋਈ ਏਡਾ ਕੋਈ ਉਹਦੇ ਚ ਧਮਾਕਾ ਨਹੀਂ ਹੈਗਾ, ਤੇ ਜੇ ਮਤਲਬ ਕਿ ਉਹਨੂੰ ਸ਼ਾਇਦ ਨਾ ਛੇੜਦੇ ਇਸ ਪੱਧਰ ਤੇ ਤਾਂ ਉਹ ਇੰਨੀ ਜਗਿਆਸਾ ਨਾ ਹੁੰਦੀ। ਹੁਣ ਲੋਕਾਂ ਚ ਜਗਿਆਸਾ ਬਹੁਤ ਹੈ, ਹੁਣ ਲੋਕ ਜਾਣਨਾ ਚਾਹੁੰਦੇ ਇਹਦੇ ਬਾਰੇ, ਮਤਲਬ ਕਿ ਇਸ ਤਰ੍ਹਾਂ ਕਰਕੇ, ਕਿਉਂਕਿ ਤੁਹਾਡੇ ਕੋਲ ਕਾਊਂਟਰ ਕਰਨ ਵਾਸਤੇ ਬਹੁਤ ਵੱਡਾ ਜਾਂ ਕਹਿ ਲਓ ਕਿ ਸੋਲਿਡ ਤਰਕ ਸੀਗਾ ਕਿ ਹਾਂਜੀ ਸਾਨੂੰ ਸੁਪਰੀਮ ਕੋਰਟ ਦੇ ਵਿੱਚੋਂ ਕਲੀਨ ਚਿੱਟ ਮਿਲੀ ਹੈ, ਪਰ ਇੱਥੇ ਇੱਥੇ ਤੇ ਸਵਾਲ ਖੜੇ ਹੋ ਗਏ ਕਿ ਜੇ ਇਸ ਤਰ੍ਹਾਂ ਦੀ ਰਿਪੋਰਟ ਹੈਗੀ ਸੀ ਜਾਂ ਤਾਂ ਤੁਸੀਂ ਫੈਕਟਸ ਨੂੰ ਗਲਤ ਕਹੋ, ਗਲਤ ਸਾਬਤ ਕਰੋ ਕਿ UK ਦੀ ਗਵਰਨਮੈਂਟ ਨੇ ਕੁਛ ਇਸ ਤਰ੍ਹਾਂ ਦੀ ਰਿਪੋਰਟ ਜਿਹੜੀ ਹਾਸਲ ਨਹੀਂ ਕੀਤੀ। ਠੀਕ ਹੈ ਨਾ ਜੀ, ਉਹ ਤਾਂ ਹੋ ਗਿਆ ਨਾ ਕਿ ਤੁਸੀਂ ਫੈਕਟ ਬੇਸਡ ਤੁਸੀਂ ਕੋਈ ਮਤਲਬ ਕਿ ਕੋਈ ਉਹਦਾ ਖੰਡਨ ਕਰਦੇ ਹੋ, ਤਾਂ ਇੱਥੇ ਉਸ ਤਥਾਤਮਕ ਆਧਾਰ ਤੇ ਕੋਈ ਵੱਡੀ ਕੋਈ ਹੈ ਨਹੀਂ ਗੀ। ਦੂਸਰੇ ਪਾਸੇ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਦੀ ਜਿਹੜੀ ਡਾਕੂਮੈਂਟਰੀ ਜਾਂ ਜੋ ਵੀ ਹੈ ਉਹ ਤੋਂ ਵੀ ਵੱਡਾ ਕੰਟੈਂਟ ਸਾਡੇ ਇੱਥੇ ਇੰਡੀਆ ਤੇ ਆ ਆਲਰੇਡੀ, ਚਾਹੇ ਰਾਣਾ ਯੁਗ ਦੀ ਕਿਤਾਬ ਹੋਵੇ, ਚਾਹੇ ਇੱਕ ਹੋਰ ਮੁੰਡਾ ਹੈ ਸ਼ਾਮੀਰਾ, ਉਹਦੀਆਂ ਦਸਤਾਵੇਜ਼ੀ ਫਿਲਮਾਂ ਹੋਣ, ਬਥੇਰਾ ਕੁਛ ਆ ਉਹ ਪਿਆ। IPS ਸੰਜੀਵ ਭੱਟ ਦੀ ਸਾਰੀ ਜ਼ਿੰਦਗੀ ਦੀ ਸਟੋਰੀ ਪਈ ਹੈ,
ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਜ਼ਿਆਦਾ ਜਗਿਆਸਾ ਦਾ ਵਿਸ਼ਾ ਇਸੇ ਕਰਕੇ ਹੀ ਬਣ ਗਈਆਂ ਸ਼ਾਇਦ ਕਿ ਭਾਰਤ ਸਰਕਾਰ ਦਾ ਇਹ ਕਦਮ ਜਿਹੜਾ ਉਹ ਸਮਝੋ ਵਾਰ ਆ ਕਿ ਬਲੌਕ ਕਰ ਦਿੱਤਾ ਜੀ ਉਹਨੂੰ ਇਹ ਕਰ ਦਿੱਤਾ ਵੀ ਮਤਲਬ ਕਿ ਜਿਵੇਂ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਦੇਸ਼ ਦੇ ਖਿਲਾਫ ਕੋਈ ਜਹਾਦ ਹੀ ਛਿੜ ਗਿਆ ਹੋਵੇ ਜਦਕਿ ਦੇਖੋ ਗੱਲ ਇਹ ਆ ਕਿ ਤੁਹਾਡੇ ਕੋਲ ਇਹ ਤਰਕ ਸੀਗਾ ਕਿ ਬਈ ਅਸੀਂ ਸੁਪਰੀਮ ਕੋਰਟ ਨੂੰ ਸਰਵਉੱਚ ਮੰਨਦੇ ਹਾਂ ਉਹਦਾ ਫੈਸਲਾ ਆ ਬਸ ਠੀਕ ਹੈ ਬਈ ਅਸੀਂ ਮੰਨਦੇ ਤੁਸੀਂ ਨਹੀਂ ਮੰਨਣਾ ਨਾ ਮੰਨੋ ਪਰ ਉਹਨੂੰ ਜੋੜ ਦਿੱਤਾ ਮਤਲਬ ਕਿ ਇੱਕ ਦਸਤਾਵੇਜ਼ੀ ਫਿਲਮ ਨੂੰ ਕਹਿ ਲਓ ਜਾਂ ਡਾਕੂਮੈਂਟਰੀ ਨੂੰ ਕਹਿ ਲਓ ਉਹਨੂੰ ਜੋੜ ਦਿੱਤਾ ਕਿ ਦੇਖੋ ਜੀ ਇਹ ਸਾਡੀ ਇੰਟੈਗ੍ਰਿਟੀ ਤੇ ਜਾਂ ਸੋਵਰਨਿਟੀ ਤੇ ਇਹ ਹਮਲਾ ਹੈ ਤੇ ਉਹਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਲੋਕ ਦੇਸ਼ ਦੇ ਵਿੱਚ ਵੀ ਉਹਦੇ ਹੱਕ ਚ ਆ ਗਏ ਜਿਹੜੇ ਕਿ ਆਲਵੇਜ਼ ਆਪਾਂ ਦੇਖਦੇ ਹਾਂ ਕਿ ਵੰਡੇ ਹੁੰਦੇ ਲੋਕ ਨੇ ਇਸ ਕਰਕੇ ਮੈਨੂੰ ਇਹ ਚੀਜ਼ ਮਤਲਬ ਕਿ ਹਾਲਾਂਕਿ ਚਲੋ ਠੀਕ ਆ ਭਾਰਤ ਦੀ ਵਿਦੇਸ਼ ਨੀਤੀ ਦੇ ਬੜੇ ਇਸ ਵੇਲੇ ਕਹਿ ਲਓ ਕਿ ਵਧੀਆ ਬੰਦੇ ਵੀ ਕੰਮ ਕਰ ਰਹੇ ਆ ਆਪਾਂ ਦੇਖਿਆ ਯੂਕਰੇਨ ਰਸ਼ੀਆ ਕੌਨਫਲਿਕਟ ਦੇ ਵਿੱਚ ਐਤਕੀ ਇੰਡੀਆ ਨੂੰ ਕਿਸ ਤਰ੍ਹਾਂ ਇਹਨਾਂ ਨੇ ਪੂਰੇ ਫਰੰਟ ਤੇ ਲਿਜਾ ਕੇ ਕਿਸ ਤਰ੍ਹਾਂ ਪੂਰੀ ਦੁਨੀਆਂ ਦੇ ਵਿੱਚ ਉਹਦਾ ਲੋਹਾ ਮਨਵਾਇਆ ਉਹ ਇੱਕ ਅੱਛੀ ਹੈ ਕੂਟਨੀਤਿਕ ਅੱਛੀ ਪਹੁੰਚ ਹੈ ਪਰ ਇੱਥੇ ਕਿਉਂ ਮਾਰ ਖਾ ਕੇ ਮੈਨੂੰ ਸਮਝ ਨਹੀਂ ਆਈ ਇਸ ਗੱਲ ਸੱਚੀ ਓ ਮੈਨੂੰ ਸਮਝ ਨਹੀਂ ਲੱਗੀ ਕਿ ਇਹਨਾਂ ਨੇ ਇੰਨਾ ਕਰੜਾ ਮਤਲਬ ਕਿ ਪ੍ਰਤੀਕਰਮ ਦਿੱਤਾ ਜਿਹੜਾ ਕਿ ਮੈਨੂੰ ਬੇਲੋੜਾ ਲੱਗਿਆ ਘੱਟੋ ਘੱਟ ਹੋ ਸਕਦਾ ਮੈਂ ਗਲਤ ਹੋਵਾਂ ਤਾਂ ਉਹਦੇ ਕਰਕੇ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਰੁਕ ਨਹੀਂ ਰਹੀਆਂ ਚਾਹੇ ਉਹ ਬੰਗਾਲ ਵਾਲੀ ਮੈਂਬਰ ਪਾਰਲੀਮੈਂਟ ਹੋਵੇ ਮਹੁਆ ਮੋਤਰਾ ਉਹਨੇ ਵੀ ਲਿੰਕ ਪਾ ਦਿੱਤਾ ਬਲੌਕ ਕਰ ਦਿੱਤਾ ਫਿਰ ਲਿੰਕ ਪਾ ਦਿੱਤਾ ਉਹਨੇ ਇਸ ਤਰ੍ਹਾਂ ਕਾਂਗਰਸ ਦੇ ਵਿੱਚੋਂ ਵੀ ਆਵਾਜ਼ ਉੱਠ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨੂੰ ਜੋੜਿਆ ਜਾ ਰਿਹਾ ਕਿ ਸੈਂਸਰਸ਼ਿਪ ਜਿਹਦੀ ਕਿ ਮੁਖਾਲਫਤ ਕਰਦੀ ਸੀਗੀ ਭਾਜਪਾ ਐਮਰਜੈਂਸੀ ਦੇ ਦੌਰਾਨ ਉਸੇ ਤਰ੍ਹਾਂ ਦੀ ਸੈਂਸਰਸ਼ਿਪ ਥੋਪਣ ਦਾ ਇਹਨਾਂ ਨੇ ਇਸ ਵੇਲੇ ਇੱਕ ਰਸਤਾ ਜਿਹੜਾ ਤਿਆਰ ਕਰ ਲਿਆ ਕਿਉਂ ਕਿਉਂਕਿ ਇਹ ਤੋਂ ਬਾਅਦ ਅਗਲੀ ਜਿਹੜੀ ਇੰਡੀਆ ਦੇ ਵਿੱਚ ਵੱਡੀ ਬਹਿਸ ਛਿੜਨੀ ਹੈ ਉਹ ਛਿੜਨੀ ਹੈ ਜੋ ਫੇਕ ਨਿਊਜ਼ ਦੇ ਬਦਲੇ ਇਹਨਾਂ ਨੇ ਆਈਟੀ ਐਕਟ ਦੇ ਵਿੱਚ ਸੋਧ ਕਰਨੀ ਹੈ ਕਿਉਂਕਿ ਉਹਦੇ ਚ ਸਾਡੇ ਅਖਬਾਰਾਂ ਦੇ ਜਿਹੜੇ ਬਹੁਤ ਵੱਡੇ ਬਣੇ ਹੋਏ ਨੇ ਸਮੂਹ ਬਣੇ ਹੋਏ ਨੇ ਜਥੇਬੰਦੀਆਂ ਬਣੀਆਂ ਹੋਈਆਂ ਨੇ ਗਿਲਡ ਬਣਿਆ ਹੋਇਆ ਜੋ ਐਡੀਟਰਸ ਦਾ ਜੋ ਐਸੋਸੀਏਸ਼ਨ ਆ ਤਾਂ ਉਹ ਬਹੁਤ ਵੱਡਾ ਵਿਰੋਧ ਛਿੜ ਗਿਆ ਉਹ ਵੀ ਉਹਦੇ ਤੇ ਚਲੋ ਕਦੇ ਗੱਲ ਫੇਰ ਕਰ ਲਵਾਂਗੇ ਸੋ ਇਸ ਕਰਕੇ ਇਸ ਵੇਲੇ ਉਹ ਵੈਸੇ ਉਹ ਸੋਧ ਆਈ ਨੀ ਹਾਲੇ ਉਹ ਖਰੜਾ ਹੈ ਮੈਂ ਤੁਹਾਨੂੰ ਦੱਸ ਦੇਵਾਂ ਕਿਤੇ ਇਹ ਨਾ ਸਮਝ ਲਓ ਕਿ ਕਾਨੂੰਨ ਆ ਗਿਆ ਇੰਡੀਆ ਚ ਉਹ ਸਿਰਫ ਖਰੜਾ ਪਾਇਆ ਗਿਆ ਖਰੜਾ ਦਾ ਮਤਲਬ ਇਹ ਹੁੰਦਾ ਕਿ ਉਹਨੂੰ ਪਬਲਿਕਲੀ ਲੋਕਾਂ ਚ ਪਹੁੰਚਾ ਦਿੱਤਾ ਜਾਂਦਾ ਤੇ ਫਿਰ ਉਸ ਤੋਂ ਬਾਅਦ ਉਹਦੇ ਤੇ ਰਾਏ ਸ਼ੁਮਾਰੀ ਲਈ ਜਾਂਦੀ ਹੈ ਸੁਝਾਅ ਦਿੱਤੇ ਜਾਂਦੇ ਨੇ ਮਤਲਬ ਕਿ ਪਰ ਜੇ ਉਹ ਅਮੈਂਡਮੈਂਟ ਹੋ ਜਾਂਦੀ ਹੈ ਤਾਂ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜਾ ਸੋਸ਼ਲ ਮੀਡੀਆ ਤੇ ਜੋ ਵੀ ਲੋਕ ਰਿਪੋਰਟਿੰਗ ਕਰਦੇ ਨੇ ਜਾਂ ਜੋ ਵੀ ਆਪਣੇ ਉੱਥੇ ਰੱਖਦੇ ਨੇ ਸਮਾਚਾਰ ਰੱਖਦੇ ਨੇ ਜਾਂ ਆਪਣੇ ਓਪੀਨੀਅਨ ਰੱਖਦੇ ਨੇ ਤਾਂ ਕਾਫੀ ਹੱਦ ਤੱਕ ਹੋ ਸਕਦਾ ਕਿ ਉਹਨਾਂ ਤੇ ਵੀ ਗਾਜ਼ ਡਿੱਗੇ